ਅਸਲਾਮ ਵਾਲੇਕਮ ਜੀ ਐਨਪੀਆਰ ਪ੍ਰੀਸਟਿਕ ਇਹਲਾਦ ਅ ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦਿਖ ਰਹੇ ਹੋ ਰੇਡੀਓ ਸਾਇਡਲੈਂਡ ਵੈਬ ਟੀਵੀ ਸਾਇਡਲੈਂਡ ਖੋਰੇ ਸੱਚ ਸੰਤਾਲੀ ਦੇ ਐਂਡ ਖਾਲਸਾ ਰਾਜਫੁੱਟ ਸਟੈਪਸ ਇਨ ਪਾਕਿਸਤਾਨ ਗੱਲ ਪੰਜਾਬ ਔਰ ਪੰਜਾਬੀਅਤ ਦੀ ਹੋ ਰਹੀ ਹੈ ਕਿ ਵਿਛੋੜਾ ਆਪਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਜਿਹਦੇ ਤਹਿਤ ਜਿਹੜੇ ਲੋਕ ਆਪਣੀ ਆਪਣੀ ਮਿੱਟੀ ਨਾਲ ਆਪਣੇ ਘਰ ਨਾਲ ਵਿਛੜੇ ਹੋਏ ਨੇ ਉਹਨਾਂ ਨੂੰ ਮਿਲਾਨ ਦੀ ਗੱਲ ਸੀ ਕਿਉਂਕਿ ਪਾਕਿਸਤਾਨ ਵਿੱਚ ਚਾਹਤੋਂ 10 ਸਾਲ ਪਹਿਲੇ ਮੈਂ ਪਾਰਟੀਸ਼ਨ ਆਫ ਪੰਜਾਬ ਔਰ ਹਿਸਟਰੀ ਆਫ ਪੰਜਾਬ ਦੇ ਉੱਤੇ ਕੰਮ ਸ਼ੁਰੂ ਕੀਤਾ ਸੀ ਜਦੋਂ ਡਿਜੀਟਲ ਫਾਰਮ ਦੇ ਵਿੱਚ ਬਹੁਤ ਨਾ ਹੋਣ ਦੇ ਬਰਾਬਰ ਲੋਕ ਕੰਮ ਕਰ ਰਹੇ ਸੀ ਤੇ 4 ਸਾਲ ਕੰਮ ਕਰਨ ਤੋਂ ਬਾਅਦ ਇੰਨੇ ਨੇ ਲੋਕ ਕੰਮ ਕਰਨ ਲੱਗ ਪਏ ਕਿ ਸਟਿਲ ਹੁਣ ਤੇ ਮੇਰੇ ਖਾਲ 22 ਤੋਂ 25 ਲੋਕ ਜਿਹੜੇ ਨੇ ਇਸ ਵੇਲੇ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚੋਂ ਸੰਤਾਲੀ ਨਾਮਾ ਕੋਈ ਆਰਕਾਈਵ 47 ਕੋਈ ਖੋਰੇਸਾ 47 ਦੇ ਕੋਈ ਵੰਡ ਕੋਈ ਲਹੂ ਦੀ ਲਕੀਰ ਕੋਈ ਪੰਜਾਬੀ ਲਹਿਰ ਹੋਰ ਪੰਜਾਬੀ ਲਹਿਰ ਸਾਂਝਾ ਇਸ ਤਰ੍ਹਾਂ ਕਰਕੇ ਕੋਈ ਕੁੱਲ ਮਿਲਾ ਕੇ ਜਿਹੜੇ ਵੰਡ ਦੇ ਬਾਰੇ ਚ ਸਟੋਰੀਜ਼ ਕਰ ਰਹੇ ਨੇ ਉਹ ਇਸ ਵੇਲੇ 25 ਤੋਂ 30 ਲੋਕ ਨੇ ਤਾਂ ਸੋ ਆਪਾਂ ਸਾਂਝਾ ਸਾਂਝੇ ਪੰਜਾਬ ਦੀ ਸਾਂਝੀ ਵਿਲਤਾ ਦੇ ਕਲਚਰ ਐਂਡ ਹੈਰੀਟੇਜ ਔਰ ਇਨਟੈਂਜਿਬਲ ਕਲਚਰ ਐਂਡ ਹੈਰੀਟੇਜ ਦੇ ਮਤਲਬ ਗੱਲ ਕਰਦੇ ਹਾਂ ਤੇ 47 ਦੇ ਵਿੱਚ ਜਿੰਨਾ ਲੋਕਾਂ ਨੇ ਸਫ਼ਰ ਕੀਤਾ ਇਸ ਵੰਡ ਨੂੰ ਜਿੱਦਾਂ ਕਿ ਮੈਂ ਹਮੇਸ਼ਾ ਕਹਿਣਾ ਹੁੰਦਾ ਵਾਂ ਕਿ ਕੱਖੋਂ ਲੱਖ ਔਰ ਲੱਖੋਂ ਕੱਖ ਜਿਹੜੇ ਲੋਕ ਹੋਏ ਉਹਨਾਂ ਦੇ ਵਿੱਚੋਂ ਜਦੋਂ ਮੈਂ 2016 ਦੇ ਵਿੱਚ ਅਮਰੀਕਾ ਗਿਆ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਮੈਨੂੰ ਕਿੰਨੀ ਕੁ ਦੁਨੀਆ ਜਾਣਦੀ ਹੈ ਜਦੋਂ ਵੀਜ਼ਾ ਲੱਗਾ ਮੈਂ ਸੈਨ ਫਰਾਂਸੇ ਜਾ ਕੇ ਉਤਰਿਆ ਤੇ ਇੱਕ ਦਿਨ ਹੀ ਮੇਰਾ ਪਹਿਲਾ ਦਿਨ ਖਾਲੀ ਸੀ ਔਰ ਫਿਰ ਉਸ ਤੋਂ ਬਾਅਦ ਕੁਛ ਨਾ ਬੁਛੋੜਾ 40 ਦਿਨ ਦਾ ਚਿੱਲਾ ਸੀ ਉਹ ਮੇਰਾ ਇਹਾ ਤੇ ਜਹਾਜ਼ਾਂ ਚ ਗੁਜ਼ਰਿਆ ਤੇ ਇਹਾ ਪ੍ਰੈਜੈਂਟੇਸ਼ਨ ਚ ਗੁਜ਼ਰਿਆ ਸਾਰਿਆਂ ਨੂੰ ਪਤਾ ਹੈ ਮੇਰਾ ਉਹ 2016 ਦਾ ਤੇ ਉੱਥੇ ਹੀ ਮੈਨੂੰ ਭਾਈ ਸਾਹਿਬ ਨੇ ਜਦੋਂ ਆਪਣੇ ਘਰ ਇਨਵਾਈਟ ਕੀਤਾ ਆਪਣੇ ਗੁਰੂ ਘਰ ਦੇ ਵਿੱਚ ਇਨਵਾਈਟ ਕੀਤਾ ਤੇ ਇੱਕ ਬਹੁਤ ਹੀ ਜ਼ਬਰਦਸਤ ਕਿਸਮ ਦਾ ਉੱਥੇ ਇੰਟਰੋਡਕਸ਼ਨ ਹੋਇਆ ਬੜੇ ਲੋਕਾਂ ਦੇ ਨਾਲ ਜਿਹੜੇ ਕਿ ਨਾਰਥ-ਵੈਸਟ ਪੰਜਾਬ ਤੋਂ ਉੱਠ ਕੇ ਗਏ ਹੋਏ ਸੀ ਜਿਸ ਧਰਤੀ ਤੇ ਅਸੀਂ ਬੈਠੇ ਹੋਏ ਹਾਂ ਇਸ ਵੇਲੇ ਚੱਕਾਂ ਦੀ ਗੱਲ ਹੁੰਦੀ ਸੀ ਤੇ ਲੋਕੀ ਰੋਂਦੇ ਸੀ ਜੇ ਕਿਸੇ ਦੇ ਪਿੰਡ ਦੀ ਗੱਲ ਹੁੰਦੀ ਸੀ ਤਾਂ ਰੋਂਦੇ ਸੀ ਕਿ ਸਾਡਾ ਪਿੰਡ ਉੱਥੇ ਸੀ ਸਾਡਾ ਪਿੰਡ ਉੱਥੇ ਸੀ ਹਾਲਾਂਕਿ ਮੈਂ ਉਹ ਪਾਰਟ ਪੰਜਾਬ ਦੇ ਦੇਖੇ ਵੀ ਨਹੀਂ ਸੀ ਜਿਨ੍ਹਾਂ ਦੀ ਉਹ ਨਾਮ ਲੈਂਦੇ ਸੀ ਲੇਕਿਨ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਬਹੁਤ ਤੇਜ਼ੀ ਨਾਲ ਆ ਕੇ ਪਾਰਟੀਸ਼ਨ ਆਫ ਪੰਜਾਬ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਸੋ ਮੈਂ ਲੋਕਾਂ ਦੇ ਘਰ ਲੱਭਣੇ ਸ਼ੁਰੂ ਕਰ ਦਿੱਤੇ ਔਰ ਕਾਫੀ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਾਲ ਮਿਲਾ ਵੀ ਦਿੱਤਾ ਤਾਂ ਸੋ ਭਾਈ ਅਰਵਿੰਦਰ ਮਲਹੋਤਰਾ ਜੀ ਉਸੇ ਹੀ ਕੜੀ ਕਹਾਣੀ ਦੀ ਇੱਕ ਕੜੀ ਦੇ ਨਾਲ ਜੁੜੇ ਹੋਏ ਨੇ ਉਹ ਅੱਜ ਆਪਣੇ ਨਾਨਕਾ ਘਰ ਜਿਹੜਾ ਚੱਕ 42 ਜਨੂਬੀ ਦੇ ਵਿੱਚ ਪਹੁੰਚੇ ਹਨ ਡਿਸਟ੍ਰਿਕਟ ਸਰਗੋਦਾ ਦੇ ਅੰਦਰ ਔਰ ਆਪਣੇ ਪਿੰਡ ਦੇ ਵਿੱਚ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਇਕੱਠੇ ਹੋਏ ਹੋਏ ਨੇ ਇੱਥੇ ਸਾਡੇ ਨਾਲ ਅ ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕਰਾਂਗੇ ਔਰ ਉਹਨਾਂ ਦੇ emotions ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸਲਾਮ ਵਾਲੇਕਮ ਸਾਰਿਆਂ ਨੂੰ ਸੋ ਮੈਂ ਤਾਂ ਮੈਂ ਜਿਵੇਂ ਬਾਹਰ ਵੀ ਦੱਸਿਆ ਸੀ ਜੀ ਇਹ ਇੱਕ ਦਿਲ ਵਿੱਚ ਤਾਂਗ ਜੀ ਸੀਗੀ ਕਾਫੀ ਢੇਰ ਤੋਂ ਫਿਰ ਜਾ ਕੇ ਦੇਖੀਏ ਕਿੱਥੇ ਰਹਿੰਦੇ ਸੀ ਸਾਡੇ ਪੋਰਕ ਤੇ ਅੱਜ ਜੋ ਖਾਸ਼ ਪੂਰੀ ਹੋਈ ਹੈ ਤੇ ਬੜਾ ਔਖਾ ਲੱਭਿਆ ਪਰ ਲੱਭ ਗਿਆ ਇੱਕ ਵਾਰੀ ਜਨਾ ਕੈਮਰਾ ਫੇਰ ਕੇ ਸਾਰੇ ਦੋਸਤਾਂ ਨੂੰ ਦਿਖਾਓ ਤੁਸੀਂ ਕਿ ਕਮਰੇ ਦੇ ਵਿੱਚ ਇੱਕ ਸਵਾਤ ਹੈ ਇੱਕ ਬੈਠਕ ਹੈ ਕਿਸੇ ਵੀਰ ਦੀ ਜਿਹਦੇ ਵਿੱਚ ਬਿਲਕੁਲ ਖਲੋਣ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਕਿ ਇੱਥੇ ਬੰਦਾ ਖਲੋ ਸਕੇ ਇੰਨਾ ਰਸ਼ ਲੱਗਾ ਹੋਇਆ ਔਰ ਬਾਹਰ ਬਹੁਤ ਜ਼ਿਆਦਾ ਸਾਰੇ ਲੋਕ ਵੇਟ ਵੀ ਕਰ ਰਹੇ ਨੇ ਕਿ ਸਾਡੇ ਪਿੰਡ ਦੇ ਸਰਦਾਰ ਜਿਹੜੇ ਉਹ ਵਾਪਸ ਆਏ ਆ ਪਿੰਡ ਦੇਖਣ ਵਾਸਤੇ ਆਪਣਾ ਤੇ ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕਰਦੇ ਆ ਕਿ ਜਿਹੜੀ ਬਜ਼ੁਰਗ ਇੱਥੇ ਆਏ ਤੇ ਉਸ ਵੇਲੇ ਇਹਨਾਂ ਨੇ ਪਿੰਡ ਦੇ ਵਿੱਚ ਕੀ ਦੇਖਿਆ ਸੀ ਪਹਿਲੇ ਵੀਰ ਜੀ ਤੁਸੀਂ ਆਪਣੇ ਜਿਹੜੀ ਆਪਣੀ ਤੁਹਾਡੀ ਪੀੜ੍ਹੀ ਹੈ ਨਾਨਕੇ ਘਰ ਦੀ ਜਰਾ ਉਹ ਦੱਸੋ ਫਿਰ ਉਸ ਤੋਂ ਬਾਅਦ ਉਹਨਾਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਸੋ ਇਦਾਂ ਸੀ ਜੀ ਮੈਂ ਮੇਰੇ ਜਿਹੜੇ ਮਾਤਾ ਜੀ ਸੀ ਕਿ ਅਮਰਜੀਤ ਕੌਰ ਉਹਨਾਂ ਦਾ ਜਨਮ ਹੋਇਆ ਸੀ 46 ਦੇ ਵਿੱਚ 1 ਸਾਲ ਪਹਿਲੇ ਵਾਰੰਡ ਤੋਂ ਸੋ 1 ਸਾਲ ਦੇ ਸੀ ਜਦੋਂ ਉਧਰ ਗਏ ਫਿਰ ਤੇ ਉਹਨਾਂ ਦੇ ਪਿਤਾ ਜੀ ਸੀਗੇ ਸਰਦਾਰ ਕਾਨ ਸਿੰਘ ਜਿਹੜਾ ਉਹ ਨਕਸ਼ੇ ਦੇ ਵਿੱਚ ਇੱਕ ਨਾਮ ਹੈਗਾ ਸਾਨੂੰ ਲੱਭਿਆ ਸਰਦਾਰ ਕਾਨ ਸਿੰਘ ਤੇ ਉਹ ਇੱਥੇ ਰਹਿੰਦੇ ਸੀ ਤੇ ਉਹ ਸ਼ਾਹਪੁਰ ਪੜਦੇ ਸੀ ਸੋ ਇੱਥੋਂ ਜਾਂਦੇ ਸੀ ਤੇ ਘੋੜੀ ਤੇ ਬਹਿ ਕੇ ਉਹ ਆਪਣਾ ਲੈ ਜਾਂਦੇ ਸੀ ਤੇ ਸਕੂਲ ਜਾਂਦੇ ਸੀ ਸ਼ਾਹਪੁਰ ਤੇ ਫਿਰ ਉਹਨਾਂ ਦੇ ਜਿਹੜੇ ਪਿਤਾ ਜੀ ਮੇਰੇ ਜਿਹੜੇ ਪੜਨਾਨਾ ਜੀ ਕਹਿ ਲੋ ਉਹ ਸੀ ਸਰਦਾਰ ਪਿਸ਼ੋਰਾ ਸਿੰਘ ਤੇ ਪਿਸ਼ੋਰਾ ਸਿੰਘ ਦੇ ਜਿਹੜੇ ਪਿਛਲੇ ਸੀਗੇ ਇੱਕ ਹੋਰ ਵੱਡ ਪਰ ਪੜਨਾਨਾ ਜੀ ਕਹੀਏ ਤੇ ਉਹ ਦਲ ਸਿੰਘ ਸੀਗੇ ਤੇ ਉਹ ਦਲ ਸਿੰਘ ਸੀਗੇ ਉਹਨਾਂ ਨੂੰ ਕਾਫੀ ਜ਼ਮੀਨ ਇੱਥੇ ਮਿਲੀ ਸੀ ਬਾਈ ਮਰਬੇ ਮਿਲੀ ਸੀਗੀ ਬ੍ਰਿਟਿਸ਼ਰਜ਼ ਨੇ ਦਿੱਤਾ ਸੀ ਜੰਗ ਤੋਂ ਬਾਅਦ ਤੇ ਉਹਨਾਂ ਦਾ ਕਾਫੀ ਖੇਤੀਬਾੜੀ ਦਾ ਕੰਮ ਸੀ ਇੱਥੇ ਤੇ ਅਸੀਂ ਤੇ ਛੋਟੇ ਹੁੰਦੇ ਸੁੰਦੇ ਆਏ ਆਂ ਵੀ ਉਹਨਾਂ ਨੇ ਨਾ ਬੜੇ-ਬੜੇ ਬਾਗ ਲਾਏ ਹੋਏ ਸੀ ਬਾਹਰ ਕਿਧਰੇ ਪਿੰਡ ਤੋਂ ਬਾਹਰ ਬਾਗ ਲੱਗੇ ਹੋਏ ਸੀ ਤੋਂ ਪਤਾ ਨਹੀਂ ਉਹ ਬਾਗ ਸੀਗੇ 47 ਤੁਸੀਂ ਦੱਸੋ ਕੋਈ ਸੀਗੇ ਆਸ-ਪਾਸ ਜਦੋਂ ਤੁਸੀਂ ਆਏ ਓਕੇ ਜਦੋਂ ਵਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਹੋਰ ਵਾਰ ਨਾ ਸਮਝੋ ਤੁਸੀਂ WW1 اور WW2 یعنی کہ ورلڈ وار 1 اور ورلڈ وار 2 دی گل ہو رہی ہے ہاں جی ہاں جی بالکل اچھا ਤੁਹਾਨੂੰ ਇਹ ਇੰਨਾ ਕੁ ਪਤਾ ਸੀ ਤੇ ਬਾਕੀ ਅਸੀਂ ਗੱਲ ਕਰਦੇ ਹਾਂ ਬਾਬਾ ਜੀ ਦੇ ਨਾਲ ਬਾਬਾ ਜੀ ਆਪਣਾ ਕੀ ਨਾਮ ਹੈ ਜੀ ਫਤਿਹਦੀਨ ਫਤਿਹਦੀਨ ਤੁਸੀਂ ਕਿਸ ਜਗ੍ਹਾ ਤੇ ਰਹਿਣ ਵਾਲੇ ਸੀ ਇੰਡੀਆ ਚ ਮੋਜ਼ਾ ਤੰਗौरी تحصیل ਖਰੜ ਜ਼ਿਲ੍ਹਾ ਅੰਬਾਲਾ ਤੁਸੀਂ ਇਹ ਕਦੋਂ ਇਸ ਚੱਕ ਚ ਕਦੋਂ ਆਏ 1953 1953 ਦੇ ਵਿੱਚ ਇਸ ਚੱਕ ਦਾ ਕੀ ਹਾਲ ਸੀ ਉਸ ਵਕਤ ਕੱਚੇ ਮਕਾਨات ਸੀ ਦੋ ਤਿੰਨ ਮਕਾਨ ਪੂਕਸਾ ਸੀ ਉਸ ਵਕਤ ਤੇ ਨਾਲੀਆਂ ਵਗੈਰਾ ਦਾ ਕੋਈ ਇੰਤਜ਼ਾਮ ਨਹੀਂ ਸੀ ਸਾਦਾ ਜਿਹਾ ਪਿੰਸੀ ਚੁੰਗੀ ਇੱਥੇ ਪਾਰਟੀਸ਼ਨ ਤੋਂ ਪਹਿਲੇ ਸਿੱਖ ਬਰਾਦਰੀ ਜ਼ਿਆਦਾ ਰਹਿੰਦੀ ਸੀ ਉਹ ਚਲੇ ਗਏ ਸੀ ਹਾਂ ਜੀ ਅਸੀ ਮਜ਼ਾਰੀ ਨਹੀਂ ਸੀ ਬਾਕੀ ਜਿਹੜੇ ਸੀ ਜ਼ਿੰਮੇਦਾਰ ਕੋਈ ਨਹੀਂ ਸੀ ਯਾਨੀ ਕਿ ਮੋਟੀਆਂ ਜ਼ਮੀਨਾਂ ਜਿੰਨੀਆਂ ਵੇਸੀ ਸਰਦਾਰਾਂ ਦੇ ਸਿਆਂ ਇਹਨਾਂ ਦੀ ਗੱਲ ਜਿਹੜੀ ਹੈ ਉਹ درست ਹੈ ਕਿ ਵੀ ਸਭ ਤੋਂ ਵੱਡਾ ਰਕਬਾ ਜਿਹੜਾ ਸੀ ਉਹ ਇਹਨਾਂ ਦੇ ਪਰਨਾਣਾ ਜੀ ਦਾ ਸੀ ਜੀ ਅੱਛਾ ਤੇ ਤੁਸੀਂ ਤੁਸੀਂ ਜਦੋਂ ਛੱਡ ਕੇ ਆਏ ਤੇ ਤੁਹਾਨੂੰ ਇੱਥੇ ਕਿੰਨੀ ਜ਼ਮੀਨ ਪਈ ਆ ਕੇ ਇੱਥੇ ਨਹੀਂ ਪਹਿਲੇ ਸਾਨੂੰ ਮੰਡੀ ਬਹੁਤ ਦੀਨ ਸੀ 7 ਸਾਲ 6 ਸਾਲ ਬੈਠੇ ਰਹੇ ਸਨ 47 ਤੋਂ ਲੈ ਕੇ 53 ਤੱਕ ਫਿਰ ਇੱਥੇ ਆ ਕੇ ਮੈਨੂੰ 8 7 ਏਕੜ 8 ਏਕੜ ਰਕਬਾ ਲਾਟ ਹੋਇਆ ਤੁਹਾਨੂੰ ਇਹ ਪਤਾ ਹੈਗਾ ਕਿ ਉਹ ਰਕਬਾ ਕਿਹੜਾ ਸੀ ਕਿਹਦਾ ਸੀ ਪਹਿਲੇ ਜਦੋਂ ਨਾਮ ਜਦੋਂ ਤਬਾਦਲੇ ਹੋਏ ਨੇ ਤਾਂ ਉਸ ਵੇਲੇ ਇਹ ਸਾਨੂੰ ਨਹੀਂ ਪਤਾ ਪਹਿਲੇ ਕੱਚੀ ਅਲਾਟਾਂ ਹੋਈਆਂ ਸੀ ਮੁxtਲਫ ਜਗ੍ਹਾ ਤੇ ਸੀ ਕਿਤੇ ਕਿਲਾ ਕਿਤੇ ਦੋ ਕਿਲੇ ਫਿਰ ਬਾਅਦ ਦੇ ਵਿੱਚ ਸਾਨੂੰ 1960 ਦੇ ਵਿੱਚ ਇਸਤੇਮਾਲ Arazi ਹੋਇਆ ਇਸਤੇਮਾਲ Arazi ਦੇ ਵਿੱਚ ਫਿਰ ਇਹ ਰਕਬੇ ਸਾਡੇ ਇਕੱਠੇ ਇੱਕ ਮਰਬੇਜ ਹੁਣ ਮਰਬਾ ਨੰਬਰ 50 'ਚ ਮੇਰਾ ਰਕਬਾ ਓਕੇ ਤੇ ਤੁਹਾਨੂੰ ਤੁਸੀਂ ਕਿੰਨੀ ਜ਼ਮੀਨ ਉੱਥੇ ਛੱਡ ਕੇ ਆਏ ਸੀ ਉੱਥੇ ਸਾਡੀ ਮੁਸ਼ਤਰਕਾ ਸੀ ਮੇਰੇ ਚਾਚਾ ਦਾ ਭਾਈ ਨਖਾਨਦ ਦੀ 420 ਬਿਘੇ ਕਿੰਨੀ ਸੀ ਉਹ ਵਰਾਣੀ ਜ਼ਮੀਨ ਸੀ ਮਦਰ 420 ਏਕੜ ਬਿਗੇ ਬਿਗੇ ਕਹਿੰਦੇ ਸੀ ਦੋ ਕਨਾਲ ਦਾ 200 200 ਏਕੜ ਹਾਂਜੀ 200 ਏਕੜ ਸੀ 200 ਏਕੜ ਕਹੋ 100 ਏਕੜ ਹਾਂਜੀ ਠੀਕ ਹੈ ਜਿਹੜਾ ਉਹ ਦੋ ਕਨਾਲ ਦੋ ਕਨਾਲ ਦੇ ਬਰਾਬਰ ਸੀ ਓਕੇ ਠੀਕ ਹੋ ਗਿਆ ਤੇ ਐਡ ਤੁਸੀਂ ਇਹਦਾ ਮਤਲਬ ਹੈ ਕਿ ਤੁਸੀਂ ਇੱਥੇ ਕੋਈ ਦੋ ਤਿੰਨ ਘਰਾਂ ਤੋਂ ਇਲਾਵਾ ਕੋਈ ਪੱਕੇ ਘਰ ਨਹੀਂ ਸੀ ਮੌਜੂਦ ਨਹੀਂ ਸੀ ਆਏਗੇ। ਯਾਨੀ ਉਹ ਬੈਠਕ ਸੀ ਹੈ ਬੈਠਕ ਕਿਉਂ ਸੁਬੇਦਾਰਾਂ ਦਾ ਘਰ ਸੀ ਪਰ ਚੌਕ ਜ ਮਸਜਿਦ ਤੋਂ ਸਾਹਮਣੇ ਉਹ ਪੁਕਤਾ ਸੀ। ਬਾਕੀ ਕੱਚੇ ਮਕਾਨ ਸੀ। ਕਿ ਵੀਰ ਜੀ ਤੁਸੀਂ ਇਹ ਦੱਸੋ ਕਿ ਤੁਹਾਡੇ ਜਿਹੜੇ ਪਰਨਾਣਾ ਜੀ ਸੀਗੇ ਉਹਨਾਂ ਦਾ ਕੀ ਰੈਂਕ ਕੀ ਸੀ ਜਿਸ ਤਰ੍ਹਾਂ ਉਹਨੇ ਸੂਬੇਦਾਰ ਸਾਹਿਬ ਦੱਸ ਰਹੇ ਨੇ ਤੇ ਮੈਂ ਅੱਗੇ ਵੀ ਚੱਕ ਤਰਨ ਤਰਨ ਬਿਲਕੁਲ ਸਮੰਦਰੀ ਰੋਡ ਦੇ ਉੱਤੇ ਇੱਕ ਪਿੰਡ ਸੀ ਉੱਥੇ ਜਾ ਕੇ ਮੈਂ ਲੱਭਿਆ ਸੀ ਤੇ ਉਹਨਾਂ ਦੇ ਵੀ 12 ਮਰੱਬੇ ਸੀ ਔਰ ਉਹ ਵੀ WW2 ਦੇ ਵਿੱਚ ਉਹਨਾਂ ਨੇ ਮਰੱਬੇ ਪਏ ਸੀ ਕਿਉਂਕਿ 8 ਤੋਂ 12 ਮਰੱਬੇ ਔਰ ਫਿਰ ਉਸ ਤੋਂ ਬਾਅਦ ਜਿਹੜੇ ਵੱਡੇ ਸਨ ਤੇ ਉਹਨਾਂ ਨੂੰ ਜ਼ਿਆਦਾ ਪਏ ਤੇ ਕਿਹਾ ਹੋ ਸਕਦਾ ਹੈ ਕਿ ਵੀ ਉਹ ਉਹਨਾਂ ਦਾ ਰੈਂਕ ਕੀ ਸੀ ਕੋਈ ਨਹੀਂ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਦਾ ਰੈਂਕ ਕੀ ਸੀਗਾ ਓਕੇ ਲੇਕਿਨ ਇਹ ਕਿ ਤੁਹਾਨੂੰ ਇੰਨਾ ਪਤਾ ਕਿ 22 ਮਰਬੇ ਮਿਲ ਸੀ ਤੁਹਾਨੂੰ ਇਹ ਸਾਰੇ ਮਤਲਬ ਜਿਹੜੇ ਮੇਰੇ ਨਾਨਾ ਜੀ ਸੀ ਉਹਨਾਂ ਦੇ ਹੋਰ ਬ੍ਰਦਰਸ ਨਹੀਂ ਇੱਕ ਉਹਨਾਂ ਦੇ ਹਾਲੇ ਵੀ ਜਿੰਦੇ ਨੇ ਤੇ ਮੈਂ ਉਹਨਾਂ ਨਾਲ ਕੱਲ ਵੀ ਗੱਲ ਕੀਤੀ ਹੈ ਤੇ ਕਹਿੰਦੇ ਫਿਰ ਉਹਨਾਂ ਨੂੰ 22 ਮਰਬੇ ਮਿਲੇ ਸੀ ਤਾਂ ਬੜੀ ਜ਼ਮੀਨ ਸੀ ਉਹਨਾਂ ਕੋਲ ਇੱਥੇ 550 ਏਕੜ ਉਹ ਕਹਿੰਦੇ 22 ਮਰਬਿਆਂ ਚ ਤੇ ਇੰਨਾ ਕੀ ਸੁਣਦੇ ਆਏ ਹਾਂ ਅਸੀਂ ਉਕੇ ਜੀ ਵੀਰ ਅਰਵਿੰਦਰ ਮਲਹੋਤਰਾ ਜੀ ਸਾਡੇ ਉਹ ਪ੍ਰੋਗਰਾਮਸ ਜਿਹੜੇ ਅਸੀਂ ਪੰਜਾਬ ਦੀ ਵੰਡ ਨੂੰ ਲੈ ਕੇ ਕਰਦੇ ਸੀ ਕਹਿ ਲਓ ਤੁਸੀਂ ਖੋਰੇ ਸੱਚ 47 ਦੇ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਪੰਜਾਬੀ ਕਲਚਰ ਐਂਡ ਹੈਰੀਟੇਜ ਐਂਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਉਹਨਾਂ ਤੋਂ ਇਨਸਪਾਇਰ ਹੋ ਕੇ ਜਦੋਂ ਮੈਂ ਅਮਰੀਕਾ ਗਿਆ ਸੀ ਤੇ ਫਿਰ ਉੱਥੇ ਜਦੋਂ ਇਹਨਾਂ ਨੂੰ ਮਿਲੇ ਫਿਰ ਇਹਨਾਂ ਨੇ ਮੈਨੂੰ ਆਪਣੀ ਦਰਦ ਭਰੀ ਸਟੋਰੀ ਸੁਣਾਈ ਕਿ ਇਹਨਾਂ ਦਾ ਦਾਦਕਾ ਘਰ ਡਿਸਟ੍ਰਿਕਟ ਜੇਲਮ ਯਾਨੀ ਕਿ ਨਾਰਥ-ਵੈਸਟ ਪੰਜਾਬ ਦੇ ਅੰਦਰ ਡੁਮੇਲੀ ਦੇ ਅੰਦਰ ਸੀ ਔਰ ਨਾਨਕਾ ਘਰ ਜਿਹੜਾ ਹੈ ਚੱਕ 42 ਜਨੂਬੀ ਜਨੂ ਕਿ ਮੰਗਟਾਂ ਵਾਲਾ ਹੈਰਾਨ ਹੋ ਜਾਓਗੇ ਤੁਸੀਂ ਕਿ ਮੈਂ ਨਨਕਾਣਾ ਦੇ ਲਾਗੇ ਵੀ ਇੱਕ ਪਿੰਡ ਮੰਗਟਾਂ ਵਾਲਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਜੜਾਂ ਵਾਲਾ ਰੋਡ ਦੇ ਉੱਤੇ ਚਲੇ ਜਾਓ ਉੱਥੇ ਵੀ ਮੰਗਟਾਂ ਵਾਲਾ ਐ ਹੁਣ ਇੱਕ ਹੋਰ ਮੰਗਟਾਂ ਵਾਲਾ ਐਸੇ ਰੋਡ ਦੇ ਉੱਤੇ ਇੱਕ ਹੋਰ ਪਿੰਡ ਹੈ ਉਹਦਾ ਨਾਮ ਵੀ ਮੰਗਟਾਂ ਵਾਲਾ ਹੈ ਘੱਟੋ ਘੱਟ 10 ਪਿੰਡ ਜਿਹੜੇ ਨੇ ਮੈਂ ਮੰਗਟਾਂ ਵਾਲਾਂ ਦੇ ਨਾਮ ਤੋਂ ਇੱਕ ਗੁਜਰਾਵਾਲਾ ਦੇ ਵਿੱਚ ਵੀ ਮੰਗਟਾਂ ਵਾਲਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੋਕ ਆਪਣੀ ਸ਼ੇਅਰ ਕਰਦੇ ਨੇ ਤਵਾਰੀਖ ਤੇ ਤਵਾਰੀਖ ਦੇ ਵਿੱਚ ਹੁਣ ਸਾਨੂੰ ਪਹਿਲੇ ਨਹੀਂ ਸੀ ਪਤਾ ਹੁਣ ਆਰਾਮ ਨਾਲ ਪਤਾ ਚੱਲ ਗਿਆ ਕਿ ਚੱਕ ਕਹਿ ਲਵੋ ਤੁਸੀਂ ਕਿ 42 ਸਾਊਤ ਯਾਨੀ ਕਿ ਜਨੂਬੀ ਹੈ ਔਰ ਪਿੰਡ ਦਾ ਨਾਮ ਮੰਗਟਾਂ ਵਾਲਾ ਤੇ ਹੁਣ ਲੱਭਣਾ ਇਹਨੂੰ ਕੋਈ ਮੁਸ਼ਕਲ ਨਹੀਂ ਹੋਏਗਾ ਜਦੋਂ ਨੈਕਸਟ ਟਾਈਮ ਕਿਤੇ ਕੋਈ ਆਏਗਾ ਇਹਨਾਂ ਦੇ ਖਾਨਦਾਨ ਦੇ ਵਿੱਚੋਂ ਤੇ ਉਹਨਾਂ ਨੂੰ ਲੱਭਣਾ ਥੋੜਾ ਜਨਾ ਆਸਾਨ ਹੋ ਜਾਏਗਾ ਕਿਉਂਕਿ ਪਿੰਡ ਦਾ ਨਾਮ ਮੰਗਟਾਂ ਵਾਲਾ ਕਿਉਂਕਿ ਮੰਗਟਾਂ ਵਾਲਾ ਜਿਹੜਾ ਪੋਸਟ ਆਫਿਸ ਦੀ ਸਟੈਂਪ ਸੀ ਨਾ ਉਸ ਤੇ ਮੰਗਟਾਂ ਵਾਲਾ ਲਿਖਿਆ ਸੀ ਮੈਂ ਤੁਸੀਂ ਉਹ ਦੇਖੀ ਉਸ ਟੈਂਪ ਹਾਂ ਮੈਂ ਸਟੈਂਪ ਫਿਰ ਮੈਂ ਸਕੂਲ ਚ ਪੜਦਾ ਰਿਆ ਨਾ ਡਾਕ ਵਗੈਰਾ ਮੈਂ ਡਿਸਪੈਚ ਕਰਦਾ ਹੁੰਦਾ ਸੀ ਉਹਨਾਂ ਨਾਲ ਟੀਚਰ ਨੇ ਡਿਊਟੀ ਲਈ ਸੀ ਕਿ ਤੁਸੀਂ ਟਿਕਾਨੀ ਹੈ ਪ੍ਰਾਇਮਰੀ ਉਹਨੇ ਮੰਗਟਾ ਵਾਂਡੇ ਲਿਖਿਆ ਸੀ ਤੇ ਵੀਰ ਜੀ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕ ਆਪਣੀ ਮਿੱਟੀ ਤੋਂ ਦੂਰ ਨੇ ਤਰਸਦੇ ਵੀ ਨੇ ਤੜਪਦੇ ਵੀ ਨੇ ਔਰ ਸਿਰਫ ਐ ਸੋਚਦੇ ਨੇ ਕਿ ਵੀ ਪਾਕਿਸਤਾਨ ਦਾ ਸਫਰ ਅਸਲੀ ਨਹੀਂ ਕਰਨਾ ਕਿ ਅਗਰ ਇੱਥੇ ਦੀ ਸਟੈਂਪ ਤੁਹਾਡੇ ਲੱਗ ਗਈ ਤਾਂ ਵੈਸੇ ਤਾਂ ਕੋਈ ਗੁਰਸਿੱਖ ਅਗਰ ਇਹ ਗੱਲ ਕਹੇ ਤਾਂ ਬਹੁਤ ਹੀ ਪਾਪ ਵਾਲੀ ਗੱਲ ਹੈ ਕਿ ਗੁਰੂ ਧਰਤੀ ਦੇ ਉੱਤੇ ਸਟੈਂਪ ਲੱਗ ਜਾਏ ਤੇ ਉਸ ਤੋਂ ਬਾਅਦ ਕਿਸੇ ਹੋਰ ਜਗ੍ਹਾ ਦਾ ਵੀਜ਼ਾ ਨਹੀਂ ਮਿਲਦਾ ਕੀ ਐਦਾਂ ਦੀ ਕੋਈ ਫੀਲਿੰਗ ਇੱਥੇ ਆ ਕੇ ਆਉਂਦੀ ਹੈ ਤੁਹਾਨੂੰ ਤੇ ਦੇਖੋ ਜੀ ਮੈਨੂੰ ਤਾਂ ਬਿਲਕੁਲ ਨਹੀਂ ਐਦਾਂ ਦੀ ਫੀਲਿੰਗ ਆਈ ਤੁਸੀਂ ਇੱਥੇ ਵੀ ਦੇਖੋ ਤੇ ਮੈਂ ਲਾਹੌਰ ਵਿੱਚ ਸੀ ਕਰਾਚੀ ਵਿੱਚ ਵੀ ਹੋਰ ਸ਼ਾਵਾਂ ਤੇ ਵੀ ਬੇਅੰਤਹਾ ਪਿਆਰ ਮਿਲਿਆ ਬੇਅੰਤਹਾ ਪਿਆਰ ਮਿਲਿਆ ਆਵਾਮ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਇੱਜ਼ਤ ਤੇ ਸੋ ਮੈਂ ਤੇ ਹੀ ਕਹਾਂਗਾ ਜਿਨ੍ਹਾਂ ਨੇ ਆਣਾ ਯੂ نو ਬੇਝਿਜਕ ਆਓ ਆ ਕੇ ਮਿਲੋ ਦੇਖੋ ਕਿੱਥੇ ਸਾਡੇ ਪੁਰਖ ਰਹਿੰਦੇ ਸਾਡੇ ਗੁਰੂਆਂ ਦੀ ਪੁਰਖਾਂ ਦੀ ਧਰਤੀ ਹੈ ਯੂ نو ਆ ਕੇ ਮਿਲੋ ਗੋ ਲੋ ਆਪਸ ਵਿੱਚ ਜਦੋਂ ਦੋਨੋਂ ਮੁਲਕਾਂ ਵਿੱਚ ਆਪਸ ਚ ਯੂ نو ਮੇਲ ਮਿਲਾਪ ਹੋਏ ਪਿਆਰ ਹੋਏ ਤੇ ਅਸੀਂ ਤਾਂ ਉਹੀ ਚਾਹਾਂਗੇ ਤਾਂ ਮਿਸ਼ਨ ਫਿਰ ਪੂਰਾ ਹੁੰਦਾ ਹੈ ਕਿ ਕਹਿ ਲਵੋ ਕਿ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਖੋਰੇ ਸੱਚ ਸੰਤਾਲੀ ਦੇ ਤੇ ਥੈਂਕਸ ਟੂ ਰੇਡੀਓ ਸਾਡੇ ਵਾਲਾ ਆਕਲੈਂਡ ਨਿਊਜ਼ੀਲੈਂਡ ਤੋਂ ਜਦੋਂ ਵੀ ਅਸੀਂ ਕਿਤੇ ਵੀ ਜਾਂਦੇ ਹਾਂ ਸਾਨੂੰ ਭਰਪੂਰ ਸਪੋਰਟ ਉਹਨਾਂ ਦੀ ਨਾਲ ਹੁੰਦੀ ਹੈ ਔਰ ਅਗਰ ਤੁਹਾਡੇ ਵੀ ਮਨ ਦੇ ਵਿੱਚ ਆਪਣਾ ਘਰ ਵੇਖਣ ਦੀ ਕੋਈ ਇੱਛਾ ਹੈ ਖੁਆਹਿਸ਼ ਰੱਖਦੇ ਹੋ ਤੁਸੀਂ ਕਿ ਤੁਹਾਡਾ ਘਰ ਕਿਹੜੇ ਪਿੰਡ ਦੇ ਵਿੱਚ ਸੀ ਤੁਸੀਂ ਰੇਡੀਓ ਸਾੜੇ ਵਾਲਾ ਦੀ ਟੀਮ ਨਾਲ ਰਾਬਤਾ ਕਰੋ ਔਰ ਹੈੱਡ ਆਫਿਸ ਨੂੰ ਤੁਸੀਂ ਲਿਖੋ ਨੰਬਰ ਮੈਂਸ਼ਨ ਹੈ ਉਹਦੇ ਉੱਤੇ ਔਰ ਤੁਸੀਂ ਜਾ ਕੇ ਫੇਸਬੁੱਕ ਪੇਜ ਦੇ ਉੱਤੇ ਦੇਖ ਸਕਦੇ ਹੋ ਔਰ ਬਾਕੀ ਲੋਕਾਂ ਦੀ ਤਰ੍ਹਾਂ ਤੁਸੀਂ ਵੀ ਆਪਣਾ ਪਿੰਡ ਜਿਹੜਾ ਉਹ ਦੇਖ पाओਗੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹੀਦ ਸ਼ਬੀਰ ਬਾਬਾ ਜੀ ਔਰ ਤੁਸੀਂ ਇਸ ਵੇਲੇ ਦੇਖ ਰਹੇ ਹੋ ਚੱਕ 42 ਦੇ ਵਿੱਚ ਸਰਦਾਰ ਅਰਵਿੰਦਰ ਮਲਹੋਤਰਾ ਜੀ ਦੇ ਨਾਨਕਾ ਪਿੰਡ ਜਿਹੜਾ ਅਸੀਂ ਉਹ ਦਿਖਾ ਰਹੇ ਹਾਂ ਰੱਬ ਰਾਖਾ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਕਹਾਣੀ ਦੇ ਵਿੱਚ